ਅੱਜ ਅਸੀਂ ਵੈਸਟ ਦੇ ਪ੍ਰੋਗਰਾਮਸ ਕੀਤੇ ਹੈ ਔਰ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ ਹੈ ਹਰ ਜਗ੍ਹਾ ਤੋਂ। ਇਹ ਵਾਰਡ ਵਾਈਜ਼ ਪ੍ਰੋਗਰਾਮ ਹੋ ਰਹੇ ਨੇ, ਸੋ ਮੈਨੂੰ ਲੱਗਦਾ ਕਿ ਜਿਸ ਤਰੀਕੇ ਦਾ ਪਿਆਰ ਮਿਲ ਰਿਹਾ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜਾ ਇਹ ਚੁਣਾਵ ਹੈ ਇੱਕ ਤਰਫਾ ਹੋ ਚੁੱਕਿਆ ਹੈ। ਇੱਕ ਤਰਫਾ ਮਤਲਬ ਕਿ ਦੂਜੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਔਰ ਕੱਲ੍ਹ ਜਿਹੜੀ ਵੀਡੀਓਜ਼ ਵਗੈਰਾ ਵਾਇਰਲ ਹੋ ਰਹੀਆਂ ਇਸ ਤੋਂ ਉਮੀਦਵਾਰਾਂ ਦੀ ਜਿਹੜੀ ਅਸਲੀ ਜਿਹੜੀ ਉਹਨਾਂ ਦੀ ਅਸਲੀਅਤ ਹੈ ਪੂਰਾ ਪਤਾ ਲੱਗ ਰਿਹਾ। ਵੀਡੀਓ ਦੇ ਲੱਗਦਾ ਵਿਰੋਧ ਹੋਇਆ ਹੈ ਪਿੱਟੂ ਕਾਲੇ ਕਲਾ ਪਿੰਡ ਦੇ ਵਿੱਚ ਵੀ ਉਹ ਫਿਰ ਵਿਰੋਧ ਹੋ ਰਿਹਾ, ਕਿਸਾਨ ਵਿਰੋਧ ਕਰ ਰਿਹਾ ਲਗਾਤਾਰ। ਜੀ ਬਿੱਟੂ ਦਾ ਤਾਂ ਵਿਰੋਧ ਹੋਣਾ ਹੀ ਹੋਣਾ ਹੈ, ਉਹਦੇ 'ਚ ਕੀ ਗੱਲ ਹੈ, ਕਿਉਂਕਿ ਜਿਸ ਪ੍ਰਕਾਰ ਡਬਲ ਸਟੈਂਡਰਡ ਬੰਦਾ ਜਦੋਂ ਗੇਮਾਂ ਖੇਡਦਾ ਹੈ, ਪਹਿਲਾਂ ਤਾਂ ਅੱਜ ਜਿਹੜੀ ਉਹ ਆਡੀਓ ਤੋਂ ਪਤਾ ਲੱਗਿਆ ਕਿ ਬੈਂਸ ਬ੍ਰਦਰਸ ਦੀਆਂ ਮਿੰਤਾਂ ਕੱਢ ਰਿਹਾ, ਲੇਲੜੀਆਂ ਕੱਢ ਰਿਹਾ ਕਿ ਤੁਸੀਂ ਸਾਡੀ ਪਾਰਟੀ ਜੁਆਇਨ ਕਰ ਲਓ। ਫਿਰ ਉਹਨਾਂ ਨੂੰ ਕਹਿ ਰਿਹਾ ਕਿ ਇਹ ਬਈ ਰੇਪਿਸਟ ਹੈ, ਇਹਨਾਂ 'ਤੇ ਆਹ ਇਲਜ਼ਾਮ ਹੈ। ਮੈਨੂੰ ਲੱਗਦਾ ਕਿ ਇਸ ਤੋਂ ਬੰਦੇ ਦੇ ਕਰੈਕਟਰ ਦਾ ਪਤਾ ਲੱਗ ਜਾਂਦਾ, ਅਤੇ ਮੈਂ ਪਹਿਲਾਂ ਹੀ ਕਿਹਾ ਸੀ ਕਿ ਲੁਧਿਆਣਾ ਇਲੈਕਸ਼ਨ ਇਟਸ ਲਾਈਕ IPL, ਆਈ ਫੋਰ ਇੰਡੀਆ। ਦੂਸਰਾ ਜਿਹੜਾ P ਹੈ ਉਹ ਪਰਸਨ ਕਰੈਕਟਰ ਦੇ ਬਾਰੇ ਇਸ ਲੁਧਿਆਣਾ ਦੀ ਚੋਣ ਹੋ ਰਹੀ ਹੈ ਔਰ ਸਾਰੇ ਲੋਕ ਜਾਣਦੇ ਨੇ, ਕਿਉਂਕਿ ਦੋਨੇ ਜਿਹੜੀਆਂ ਸਰਕਾਰਾਂ ਹੈ, ਚਾਹੇ ਉਹ ਪ੍ਰਦੇਸ਼ ਦੀ ਸਰਕਾਰ ਹੈ, ਭਗਵੰਤ ਮਾਨ ਦੀ ਸਰਕਾਰ, ਪਰਸੋਂ ਚੌਥੇ ਮਾਨ ਸਾਹਿਬ ਆਏ ਸੀ ਲੁਧਿਆਣਾ, ਲੇਕਿਨ ਲੁਧਿਆਣਾ ਵਾਸਤੇ ਕੋਈ ਵਿਜ਼ਨ ਨਹੀਂ ਦੇ ਕੇ ਗਏ। ਚੰਗਾ ਹੁੰਦਾ ਉਹ ਕਹਿੰਦੇ ਕਿ ਮੈਂ ਲੁਧਿਆਣਾ ਵਾਸਤੇ 6 ਮਹੀਨਿਆਂ 'ਚ ਏਮਜ਼ ਲੈ ਕੇ ਆਵਾਂਗਾ, ਐਗਜੀਬਿਸ਼ਨ ਸੈਂਟਰ ਜਿਹੜਾ ਬੰਦ ਪਿਆ ਉਹਨੂੰ ਚਲਾਵਾਂਗਾ, ਬੁੱਢਾ ਨਾਲੇ ਦਾ ਮਸਲਾ ਜਿਹੜੇ ਪੈਸੇ ਆ ਉਹ ਰੁਕਿਆ ਪਿਆ ਪ੍ਰੋਜੈਕਟ ਉਹਨੂੰ ਠੀਕ ਕਰਾਂਗਾ। ਪਰ ਇੱਥੇ ਲੋਕਾਂ ਨੂੰ ਚੁਟਕਲੇ ਸੁਣਾ ਕੇ ਮਸ਼ਕਰੀਆਂ ਕਰਕੇ ਚਲੇ ਗਏ। ਸੋ ਮੈਨੂੰ ਲੱਗਦਾ ਕਿ ਹੁਣ ਜਨਤਾ ਨੇ ਮਨ ਬਣਾ ਲਿਆ, ਉੱਤੇ ਵੀ ਕੋਈ ਦੇਸ਼ ਦੀ ਗੱਲ ਨਹੀਂ ਹੋ ਰਹੀ, ਉਹ ਮੰਗਲ ਸੂਤਰ ਦੀ ਗੱਲ ਕਰ ਰਹੇ ਆ, ਕੋਈ ਹੋਰ ਫਾਲਤੂ ਗੱਲ ਕਰ ਰਹੇ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਹੁਣ ਲੋਕਾਂ ਨੂੰ ਵਿਕਲਪ ਚਾਹੀਦਾ ਹੈ, ਐਸੇ ਹੀ ਸਰਕਾਰ ਚਾਹੀਦੀ ਹੈ ਜਿਹੜੀ ਇਸ ਦੇਸ਼ ਦੇ ਬਾਰੇ ਔਰ ਦੇਸ਼ ਦੇ ਲੋਕਾਂ ਬਾਰੇ। ਮਹੇਸ਼ਿੰਦਰ ਗਰੇਵਾਲ ਸਾਹਿਬ ਨੇ ਕਿਹਾ ਹੈ ਕਿ ਤੁਸੀਂ ਪਾਰਕ ਪਲਾਜ਼ਾ ਵਿੱਚ ਜਿਹੜਾ ਮੈਨੀਫੈਸਟੋ ਦਿੱਤਾ ਉਹਦੇ 'ਚ ਨਾ ਤੁਸੀਂ ਪੰਜਾਬ ਦੇ ਵਿਜ਼ਨ ਸੋਰੀ ਨਾ ਪੰਜਾਬ ਦੇ ਪਾਣੀਆਂ ਦੀ ਗੱਲ ਕੌਣ ਗਰੇਵਾਲ ਨਾ ਚੰਡੀਗੜ੍ਹ ਕੌਣ ਗਰੇਵਾਲ ਅਕਾਲੀ ਦਲ ਦੇ ਮੈਂ ਜਾਣਦਾ ਹੀ ਨਹੀਂ ਕਿਸੇ ਗਰੇਵਾਲ ਬਥੇਰੇ ਸੀਨੀਅਰ ਆਗੂ ਬਹੁਤ ਤੁਰੇ ਫਿਰਦੇ ਆ ਜਿਹੜੇ ਲੋਕਾਂ ਨੇ ਨਕਾਰ ਦਿੱਤੇ ਹੁਣ ਉਹ ਕੋਈ ਸੀਨੀਅਰ ਆਗੂ ਨਹੀਂ ਹੈ, ਸੀਨੀਅਰ ਆਗੂ ਸਨੀ ਭੱਲਾ ਹੈ। ਕੌਣ ਗਰੇਵਾਲ ਹੈ ਮੈਂ ਜਾਣਦਾ ਨਹੀਂ, ਉਹਨੂੰ ਕਹੋ ਵੀ ਉਹਨਾਂ ਨੇ ਇੱਕ ਫਿਕਸ ਮੈਚ ਲਈ ਗੱਲ ਕੀਤੀ। ਗਰੇਵਾਲ ਨੂੰ ਕਹੋ ਕਿ ਜੇ ਤਾਕਤ ਹੈ ਤਾਂ ਸਨੀ ਭੱਲੇ ਨਾਲ ਇਸ ਵਾਰੀ ਸਾਡਾ ਕੌਂਸਲਰ ਦਾ ਚੁਣਾਵ ਲੜੇ, ਫਿਰ ਕਰੀ ਗੱਲ। ਜਿਹੜਾ ਯੂਪੀ ਬਿਹਾਰ ਦੇ ਲੋਕਾਂ ਬਾਰੇ ਕਿਹਾ ਹੈਗਾ ਸੁਖਪਾਲ ਖਹਿਰਾ ਨੇ ਕਿ ਉਹਨਾਂ ਜ਼ਮੀਨ ਦਿੰਦੇ ਕੀ ਕਿਹਾ? ਮੈਂ ਤੋਂ ਦੇਖੋ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਂ ਹਾਂ, ਕੋਈ ਵੀ ਵਿਅਕਤੀ ਤੋੜ ਮਰੋੜ ਕੇ ਬਿਆਨ ਨੂੰ ਪੇਸ਼ ਕਰ ਦਿੰਦਾ। ਉੱਤਰ ਪ੍ਰਦੇਸ਼ ਔਰ ਬਿਹਾਰ ਦੇ ਲੋਕ ਜਿਹੜੇ ਪ੍ਰਵਾਸੀ ਲੋਕ ਨੇ ਉਹ ਹੁਣ ਪ੍ਰਵਾਸੀ ਨਹੀਂ ਹੈ, ਹੁਣ ਉਹ ਲੁਧਿਆਣਾ ਨਿਵਾਸੀ ਹੈ ਔਰ ਪੰਜਾਬ ਦੀ ਧਰਤੀ ਪ੍ਰਵਾਸੀ ਭਰਾਵਾਂ ਨੂੰ ਵੈਲਕਮ ਕਰਦੀ ਹੈ। ਮੈਂ ਪ੍ਰਵਾਸੀ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਅਗਰ ਪ੍ਰਵਾਸੀ ਭਰਾ ਨਾ ਹੁੰਦੇ ਤਾਂ ਸ਼ਾਇਦ ਲੁਧਿਆਣਾ ਤਰੱਕੀ ਨਾ ਕਰਦਾ। ਆਉਣ ਵਾਲੇ ਸਮੇਂ 'ਚ ਪ੍ਰਵਾਸੀ ਭਰਾਵਾਂ ਦੇ ਜਿਹੜੇ ਮੁੱਦੇ ਹੈ, ਮੇਰਾ ਖਿਆਲ ਰਜਿਸਟਰੀਆਂ ਦਾ ਬਹੁਤ ਵੱਡਾ ਉਹਨਾਂ ਦਾ ਮੁੱਦਾ ਹੈ। ਰਾਜਾ ਵੜਿੰਗ ਦੇਸ਼ ਦੀ ਲੋਕ ਸਭਾ 'ਚ ਇਸ ਮੁੱਦੇ ਨੂੰ ਲੈ ਕੇ ਜਾਏਗਾ ਔਰ ਤਮਾਮ ਪ੍ਰਵਾਸੀ ਭਰਾਵਾਂ ਨੂੰ ਅਸੀਂ ਜਿਹੜਾ ਉਹਨਾਂ ਨੂੰ ਰਜਿਸਟਰੀ ਦਾ ਜਿਹੜਾ ਉਹਨਾਂ ਦੇ ਨਾਂ 'ਤੇ ਹੋਣ ਦਾ ਉਹ ਕੰਮ ਦਵਾਵਾਂਗੇ। ਔਰ ਮੈਂ ਹੋਰ ਵਿਅਕਤੀਆਂ ਨੂੰ ਵੀ ਕਹਿਣਾ ਚਾਹੁੰਦਾ, ਜਿਹੜਾ ਵਿਅਕਤੀ ਕੋਈ ਪ੍ਰਵਾਸੀਆਂ ਦੇ, ਵੈਸੇ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ, ਅਗਰ ਕੋਈ ਵਿਅਕਤੀ ਪ੍ਰਵਾਸੀਆਂ ਦੇ ਬਾਰੇ ਬਿਆਨ ਦੇਗਾ ਤਾਂ ਬਿਲਕੁਲ ਉਹ ਬਰਦਾਸ਼ਤ ਨਹੀਂ ਹੋਊਗਾ। ਕਾਂਗਰਸ ਪਾਰਟੀ ਦਾ ਪ੍ਰਧਾਨ ਇਹ ਗੱਲ ਕਹਿ ਰਿਹਾ ਕਿ ਪ੍ਰਵਾਸੀ ਨਹੀਂ ਹੈ ਉਹ, ਹੁਣ ਉਹ ਸਾਡੇ ਲੁਧਿਆਣਾ ਨਿਵਾਸੀ ਹੈ ਅਤੇ ਅਸੀਂ ਉਹਨਾਂ ਦੇ ਲਈ ਜੀ ਜਾਨ ਇੱਕ ਕਰ ਦਿਆਂਗੇ ਔਰ ਜ਼ਿੰਦਗੀ ਲਾ ਦਿਆਂਗੇ।